ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਬਲਟੋਆ ਨੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਸਿਆਸੀ ਹਮਲਾ ਬੋਲਿਆ। ਅੰਮ੍ਰਿਤਸਰ ਸਾਹਿਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਿੱਧੂ ਨੇ ਅੰਕੜਿਆਂ ਦੀ ਛਾਣਬੀਨ ਕਰੇ ਬਗੈਰ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਆਗੂਆਂ ਖਿਲਾਫ ਇਲਾਮਬਾਜ਼ੀ ਕੀਤੀ ਹੈ। ਬਲਟੋਆ ਨੇ ਕਿਹਾ ਕਿ ਕਿਸੇ ਵੱਲੋਂ ਸਰਕਾਰੀ ਪੈਸਾ ਆਪਣੇ ਨਿੱਜੀ ਖਾਤੇ ਵਿੱਚ ਟ੍ਰਾਂਸਫਰ ਕਰਾਉਣਾ ਸੰਭਵ ਨਹੀਂ ਹੈ। ਬਾਦਲ ਪਰਿਵਾਰ ਦੀ ਨਿੱਜੀ ਟ੍ਰਾਂਸਪੋਰਟ ਦੇ ਮਸਲੇ ਤੇ ਨਵਜੋਤ ਸਿੱਧੂ ਵੱਲੋਂ ਉਠਾਏ ਗਏ ਸਵਾਲਾਂ ਸੰਬੰਧੀ ਉਹਨੇ ਕਿਹਾ ਕਿ ਬਾਦਲ ਪਰਿਵਾਰ ਸਾਫ਼ ਸੁਥਰੇ ਢੰਗ ਨਾਲ ਟ੍ਰਾਂਸਪੋਰਟ ਦਾ ਕਾਰੋਬਾਰ ਕਰਦਾ ਰਿਹਾ। ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਟ੍ਰਾਂਸਪੋਰਟ ਮਾਮਲੇ ਦੀ ਜਾਂਚ ਕਰਾਉਣ ਦੀ ਚੁਣੌਤੀ ਵੀ ਦਿੱਤੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਬੀਤੇ ਦਿਨੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਸਰਕਾਰ ਤੇ ਕੇਂਦਰੀ ਗ੍ਰਾਂਟਾਂ ਦੀ ਦੁਰਵਰਤੋਂ ਦੇ ਇਲਜ਼ਾਮ ਲਗਾਏ ਸਨ। ਨਿੱਜੀ ਹਿੱਤ ਲਈ ਵਰਤਿਆ, ਆਪਦੇ ਖਾਤਿਆਂ 'ਚ ਤਬਦੀਲ ਕੀਤਾ, ਇਹ ਕਦੇ ਹੋ ਨਹੀਂ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਕੋਈ ਵੀ ਸਰਕਾਰ ਨਹੀਂ ਕਰ ਸਕਦੀ, ਕੋਈ ਵੀ ਵਿਅਕਤੀ ਨਹੀਂ ਕਰ ਸਕਦਾ, ਇਹ ਹਰ ਕੋਈ ਪਤਾ। ਔਰ ਹਰੇਕ ਚੀਜ਼ ਜਿਹੜੀ ਹੈ, ਜੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਹੈ, ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣੀ ਹੈ, ਤੁਸੀਂ ਡਾਟਾ ਲੈ ਕੇ ਆਓ। ਡਾਟਾ ਉਹਨਾਂ ਕੋਲ ਹੈ ਨਹੀਂ। ਪਰਸੋਂ 400 ਕਰੋੜ ਦੀ ਗੱਲ ਕਰਦੇ ਸੀ, ਕੱਲ੍ਹ 200 ਕਰੋੜ 'ਤੇ ਆ ਗਏ। ਔਰ ਜਿੱਥੇ ਤੱਕ ਬਾਦਲ ਪਰਿਵਾਰ ਦੀ ਗੱਲ, ਬਾਦਲ ਪਰਿਵਾਰ ਦੀ ਟ੍ਰਾਂਸਪੋਰਟ 1947 ਦੀ ਪਹਿਲੋਂ ਦੀ ਹੈ। ਇਹ ਕੋਈ ਨਵੀਂ ਟ੍ਰਾਂਸਪੋਰਟ ਨਹੀਂ ਕਿ ਉਹਨਾਂ ਨੇ ਰਾਜ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਹੀ ਉਹਨਾਂ ਨੇ ਕੋਈ ਟ੍ਰਾਂਸਪੋਰਟ ਸ਼ੁਰੂ ਕੀਤੀ ਹੈ। ਉਹਨਾਂ ਦੇ ਇਕੱਲੇ ਪੈਸੇ ਦਾ ਹਿਸਾਬ ਹੈ, ਉਹ ਰਿਟਰਨਾਂ ਜਮ੍ਹਾਂ ਕਰਾਉਂਦੇ ਨੇ, ਇਨਕਮ ਟੈਕਸ ਨੂੰ ਕਰਾਉਂਦੇ ਨੇ, ਸਰਕਾਰ ਕੋਲ ਆਪਦੇ ਪੈਸੇ ਦਾ ਹਿਸਾਬ ਕਿਤਾਬ ਦਿੰਦੇ ਨੇ। ਜੇ ਇਹਨਾਂ ਨੂੰ ਕਿਤੇ ਜਾਪਦਾ ਕਿ ਉਹਨਾਂ ਦੇ ਜਿਹੜੇ ਐਸਟ ਨੇ ਉਹ ਗਲਤ ਨੇ, ਆਮਦਨ ਤੋਂ ਵੱਧ ਉਹਨਾਂ ਕੋਲ ਆਮਦਨ ਦੇ ਸਰੋਤਾਂ ਤੋਂ ਵੱਧ ਉਹਨਾਂ ਨੇ ਕੋਈ ਆਮਦਨ ਬਣਾਈ ਹੈ, ਤਾਂ ਕਾਰਵਾਈ ਕਰੋ। ਸਾਡੇ ਵੱਲੋਂ ਚੈਲੰਜ ਹੈ, ਖੁੱਲ੍ਹਾ ਚੈਲੰਜ ਹੈ, ਇਨਕੁਆਇਰੀ ਕਰਾਓ, ਤੁਸੀਂ ਆਪੇ ਸੱਚ ਸਾਹਮਣੇ ਆ।